ਭਾਜਪਾ ਬਚਾਓ ਦੇਸ਼ ਬਚਾਓ ਦੇ ਨਾਰੇ ਤੋਂ ਉਸ ਵੇਲੇ ਸੰਗਰੂਰ ਸ਼ਹਿਰ ਗੂੰਜ ਉੱਠਿਆ ਜਦ ਸੰਗਰੂਰ ਦੇ ਕਾਂਗਰਸੀਆਂ ਨੇ ਵਿਧਾਇਕ ਵਿਜੇਂਦਰ ਸਿੰਗਲਾ ਦੇ ਨੇਤੱਤਵ ਵਿੱਚ 1 ਸਾਲ ਪਹਿਲਾਂ ਹੋਈ ਨੋਟਬੰਦੀ ਦੇ ਖਿਲਾਫ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ। ਜ਼ਿਕਰਯੋਗ ਹੈ ਕਿ ਕਾਂਗਰਸ ਨੋਟਬੰਦੀ ਦੇ ਖਿਲਾਫ ਪੂਰੇ ਦੇਸ਼ ਵਿੱਚ ਕਾਲਾ ਦਿਵਸ ਮਨਾ ਰਹੀ ਹੈ। ਕਿ ਨਰਿੰਦਰ ਮੋਦੀ ਜੀ ਦੀ ਬੀਜੇਪੀ ਦੀ ਸਰਕਾਰ ਅੱਜ 1 ਸਾਲ ਦਾ ਜਸ਼ਨ ਮਨਾ ਰਹੀ ਹੈ ਨੋਟਬੰਦੀ ਨੂੰ ਲੈ ਕੇ। ਸ਼ਰਮ ਦੀ ਗੱਲ ਹੈ ਕਿ 150 ਲੋਕ ਜਿਨ੍ਹਾਂ ਨੇ ਉਸ ਵਕਤ ਨੋਟਬੰਦੀ ਦੇ ਵੇਲੇ ਲਾਈਨਾਂ 'ਚ ਖੜ ਕੇ ਆਪਣੀ ਜਾਨ ਦਿੱਤੀ, ਅੱਜ ਉਹਨਾਂ ਦੀ ਨੋਟਬੰਦੀ ਨੂੰ ਲੈ ਕੇ ਉਹਨਾਂ ਦੇ ਉੱਪਰ ਮੋਦੀ ਸਰਕਾਰ ਜਸ਼ਨ ਮਨਾ ਰਹੀ ਹੈ। ਇਹ ਬੜੀ ਸ਼ਰਮਨਾਤਕ ਗੱਲ ਹੈ। ਔਰ ਜਿਸ ਤਰੀਕੇ ਦੇ ਨਾਲ ਨੋਟਬੰਦੀ ਦੇ ਫੈਸਲੇ ਨੇ ਇਸ ਦੇਸ਼ ਦੀ ਆਰਥਿਕ ਸਥਿਤੀ ਨੂੰ ਕਮਜ਼ੋਰ ਕੀਤਾ, ਉਸ ਦੇ ਉੱਪਰ ਮੋਦੀ ਸਰਕਾਰ ਜਸ਼ਨ ਮਨਾ ਰਹੀ ਹੈ। ਅੱਜ GDP ਦੇ ਵਿੱਚ 2% ਸਾਡੀ ਇਕਾਨਮੀ ਥੱਲੇ ਆ ਗਈ ਹੈ। 3 ਲੱਖ ਕਰੋੜ ਦਾ ਸਾਡੇ ਦੇਸ਼ ਦੇ ਵਿੱਚ ਆਰਥਿਕ ਵਿਵਸਥਾ ਘੱਟ ਹੋਈ ਹੈ। ਉਸ ਕਰਕੇ ਮੋਦੀ ਸਰਕਾਰ ਇਸ ਗੱਲ ਦਾ ਜਸ਼ਨ ਮਨਾ ਰਹੀ ਹੈ। ਸਮੁੱਚੇ ਹਿੰਦੁਸਤਾਨ ਦੇ ਵਿੱਚ ਜੇ ਰੋਜ਼ਗਾਰ ਦੀ ਗੱਲ ਕਰੀਏ, ਉਹ ਗੱਲ ਖਤਮ ਹੋ ਗਈ। ਜੇ ਰੋਜ਼ਗਾਰ ਜਿਹੜੇ ਲੋਕ ਕਾਰੋਬਾਰ ਕਰਦੇ ਸੀ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।